ਆ ਟਰੈਕਟਰ ਦੇਖ ਕੇ ਕੋਈ ਜਵਾਕ ਆਪਦੇ ਬਾਪ ਦੇ ਗਲ 'ਚ ਅੰਗੂਠਾ ਨਾ ਦੇਵੇ ਕਿ ਬਾਪੂ ਇਹੋ ਜਿਹਾ ਤਿਆਰ ਕਰਾਉਣਾ। ਇਹੋ ਜਿਹਾ ਤਿਆਰ ਕਰਾਉਣ ਦੀ ਇੱਛਾ ਜ਼ਰੂਰ ਰੱਖੀ ਦੀ ਆ, ਪਰ ਉਹਦੇ ਲਈ ਮਾਲਕ ਜਦੋਂ ਕਿਰਤ ਦੇ ਵਿੱਚ ਬਰਕਤ ਪਾਉਂਦਾ ਨਾ ਉਦੋਂ ਤਿਆਰ ਕਰਾਈਦਾ। ਬਾਈ ਹੁਣਾਂ ਨੇ ਟਰੈਕਟਰ ਤਿਆਰ ਕਰਾਇਆ, ਤਕਰੀਬਨ 12.5 ਲੱਖ ਰੁਪਈਆ ਲੱਗਿਆ। ਕਿਵੇਂ ਲੱਗਿਆ ਸਾਰਾ ਹਿਸਾਬ ਕਿਤਾਬ ਸੁਣੋ ਬਾਈ ਹੁਣਾਂ ਤੋਂ। ਮੇਰੇ ਨਾਲ ਨਾ ਬਾਈ ਹਰਪ੍ਰੀਤ ਆ। ਅੱਜ ਤੁਹਾਨੂੰ ਨਾ ਮੈਂ ਜਿਹੜੇ ਫਾਰਮ 'ਤੇ ਇੱਥੇ ਲੈ ਕੇ ਆਇਆ ਨਾ, ਇੱਥੇ ਮੇਰੀ ਨਿਗਾਹ ਨਾ ਟਰੈਕਟਰ ਪੈ ਗਈ ਦੋ। ਇੱਕ ਟਰੈਕਟਰ ਇੰਗਲੈਂਡ ਦਾ ਬਣਿਆ ਹੋਇਆ ਅਤੇ ਇੱਕ ਟਰੈਕਟਰ ਇੰਗਲੈਂਡ ਨੂੰ ਜਾਣ ਨੂੰ ਤਿਆਰ ਖੜ੍ਹਾ। ਦੋਨਾਂ ਦਾ ਇੰਗਲੈਂਡ ਨਾਲ ਬੜਾ ਗੂੜਾ ਸੰਬੰਧ ਹੈ। ਬਾਈ ਹਰਪ੍ਰੀਤ ਹੁਣਾਂ ਨੇ ਟਰੈਕਟਰ ਤਿਆਰ ਕਰਾਇਆ ਅਤੇ ਜਦੋਂ ਇਹਨਾਂ ਨੇ ਮੈਨੂੰ ਖਰਚਾ ਦੱਸਿਆ ਨਾ ਕਿ ਇੱਕ ਟਰੈਕਟਰ ਨੂੰ ਤਿਆਰ ਹੋਣ 'ਤੇ ਖਰਚਾ ਕਿੰਨਾ ਆ ਗਿਆ, ਤਾਂ ਫਿਰ ਮੈਂ ਉਹ ਚੀਜ਼ ਸੁਣ ਕੇ ਦੰਗ ਰਹਿ ਗਿਆ ਕਿ ਕਮਾਲ ਆ ਯਾਰ, ਵੀ ਇੱਕ ਟਰੈਕਟਰ 'ਤੇ ਇੰਨਾ ਵੀ ਖਰਚਾ ਕੀਤਾ ਜਾ ਸਕਦਾ। ਬਾਈ ਹਰਪ੍ਰੀਤ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸੁਰਿੰਦਰ ਭਾਅ ਜੀ, ਪਹਿਲਾਂ ਤਾਂ ਸਾਡੇ ਇੱਥੇ ਆਉਣ ਦਾ ਤੁਹਾਡਾ ਬਹੁਤ ਬਹੁਤ ਥੈਂਕ ਯੂ। ਹਾਂਜੀ ਜਿਉਂਦਾ ਰਹੇ ਬਿਲੋਂ, ਥੈਂਕ ਯੂ ਸਰ, ਜਿਉਂਦਾ ਰਹੇ। ਬਾਈ ਹਰਪ੍ਰੀਤ, ਸਾਨੂੰ ਤਾਂ ਬਈ ਹਿਸਾਬ ਚਾਹੀਦਾ, ਅਸੀਂ ਤਾਂ ਹਿਸਾਬ ਲੈਣਾ। ਠੀਕ ਹੈ, ਜਿਵੇਂ ਹਿਸਾਬ ਨਹੀਂ ਲੈਂਦੇ ਹੁੰਦੇ ਵੀ ਭਾਈ ਸਾਨੂੰ ਤਾਂ ਦੇ ਹਿਸਾਬ। ਠੀਕ ਹੈ ਜੀ। ਬਾਈ ਇਹ ਟਰੈਕਟਰ 'ਤੇ ਇੰਨੇ ਰੁਪਈਏ ਲੱਗੇ ਕਿਵੇਂ? ਲੱਗੇ ਕਿੰਨੇ ਲਾ ਗਏ? ਪਹਿਲਾਂ ਤਾਂ ਸਾਰਿਆਂ ਨੂੰ ਪਹਿਲਾਂ ਤਾਂ ਬਜਟ ਹੀ ਦੱਸ ਦਿਓ ਸਾਨੂੰ ਕਿੰਨਾ ਲੱਗਿਆ। ਸੁਰਿੰਦਰ ਭਾਅ ਜੀ, ਮੇਰੇ ਕੋਲ ਨਾ ਅੱਜ ਦੀ ਡੇਟ ਵਿੱਚ ਭਾਵਾਂ 10 ਬੰਦੇ ਬਹਿ ਜਾਣ, ਇੱਕ ਇੱਕ ਪੈਨੀ ਜਿਹੜੀ ਮੇਰੀ ਡੈਰੀ ਦੇ ਉੱਤੇ ਲਿਖੀ ਹੋਵਾ ਜੀ। ਜੀ ਜੇ ਸਾਲਾ ਇੱਕ ਮੈਂ ਨਟ ਵੀ 20 ਰੁਪਈਆਂ ਦਾ ਲਿਆ ਕੇ TVS ਦਾ ਜਾਂ ਓਰੀਜਨਲ ਵੀ ਪਾਇਆ ਜੀ, ਉਹਦੇ ਵੀ 20 ਰੁਪਈਏ ਲਿਖੇ ਹੋਗੇ, ਐਡ ਕੀਤੇ ਹੋਗੇ ਉਸ ਕਾਪੀ ਦੇ ਉੱਤੇ ਜੀ। ਉਹ ਕਾਪੀ ਤਕਰੀਬਨ ਮੇਰੀ ਭਰ ਚੱਲੀ ਆ, 20 ਕੁ ਪੰਨਿਆਂ ਦੀ ਕਾਪੀ ਆ ਤਕਰੀਬਨ, ਭਰ ਚੱਲੀ ਆ ਲਿਖਦੀ ਜ਼ਿਆਦਾ ਹੋਇਆ ਜੀ। ਵਾਹ। ਅਤੇ ਰਾਤੀ ਮੈਂ ਜਸ ਨੂੰ ਦੱਸਦਾ ਸੀਗਾ, ਮੈਂ ਕਿਹਾ ਤੂੰ ਆਹ ਟਰੈਕਟਰ ਵੀ ਫਲਵਾਉਣਾ, ਵੀ ਇਹਦਾ ਹਿਸਾਬ ਕਿਤਾਬ ਤਾਂ ਲਾ ਲਈਏ, ਤੂੰ ਲਾਇਆ ਕੋਈ ਹੈ ਨਹੀਂ ਹੋ ਜੀ। ਜੀ ਰਾਤੀ 12,37,000 ਰੁਪਈਆ ਜਿਹੜਾ ਇਹਦੇ ਉੱਤੇ ਮੇਰਾ ਲੱਗ ਚੁੱਕਾ ਜੀ, ਅੱਜ ਦੀ ਡੇਟ ਦੇ ਵਿੱਚ ਜਿਹੜਾ ਕੰਪਲੀਟ ਜਿਹੜਾ ਲੱਗ ਚੁੱਕਾ ਭਾਅ ਜੀ। ਹਾਂਜੀ, 12,37,000 ਰੁਪਈਆ, ਭਾਵਾਂ 10 ਬੰਦੇ ਬਹਿਣ, ਕੋਈ ਮੇਰੀ ਲਿਖਾਈ ਪਹਿਲੀ ਨਹੀਂ ਹੋਊਗੀ। ਹੁਣ ਲਾ ਲਿਆ ਉੱਤੋਂ ਕਾਪੀ, ਜਾ ਕੇ ਤਾਂ ਲਿਆ ਕੇ ਮੋਹਰੇ ਰੱਖ ਕੇ ਭਾਵਾਂ ਦਿਖਾ ਦਿਓ। ਤਰੀਕ ਲਿਖੀ ਹੋਊਗੀ, ਟਾਈਮ ਲਿਖਿਆ ਹੋਊਗਾ ਅਤੇ ਕਿਹੜੀ ਦੁਕਾਨ ਤੋਂ ਲਿਆ ਆਊਗਾ, ਲਿਖਣ ਤੋਂ ਬਾਅਦ ਉਹਦੀ ਨਾਲ ਬਿੱਲ ਵੀ ਲਾਇਆ ਹੋਊਗਾ। ਇਹ ਟਰੈਕਟਰ ਆ ਜਿਹੜਾ ਤੁਹਾਨੂੰ ਦੱਸਦੇ ਆ, ਇਹ ਟਰੈਕਟਰ ਤਿਆਰ ਹੋਇਆ ਸੱਗੂ ਆਟੋ ਵਾਲਿਆਂ ਤੋਂ, ਫਗਵਾੜੇ। ਠੀਕ ਹੈ, ਫਗਵਾੜੇ ਤੋਂ ਤਿਆਰ ਹੋਇਆ ਟਰੈਕਟਰ ਇਹ। ਤੇ ਬਾਈ ਇਹਦੇ ਤੇ ਜਿਹੜਾ ਆਹ ਸਟੀਲ ਦਾ ਬੰਪਰ, ਇਹ ਬਿਲਕੁਲ ਪ੍ਰੋਪਰ 304 ਜਿਹੜੀ ਸਟੀਲ ਹੈ ਨਾ ਜੀ, ਜੀ ਉਹਦਾ ਬਣਾਇਆ ਜੀ ਪ੍ਰੈਸ ਦੇ ਉੱਤੇ ਇਹਦਾ ਸਾਰਾ। ਕਿੰਨੇ ਰੁਪਈਆਂ ਦਾ ਬੰਪਰ ਆਇਆ ਹੋ ਜੇ ਆਪਾਂ ਬੰਪਰ ਦੀ ਇਕੱਲੇ ਦੀ ਗੱਲ ਕਰੀਏ? ਇਹਦੇ ਬੰਪਰ ਦੇ ਉੱਤੇ 85,000 ਰੁਪਈਆ ਲੱਗਾ ਜੀ, ਇਹਦੇ ਉੱਤੇ ਇਕੱਲੇ ਬੰਪਰ ਤੇ 85,000 ਰੁਪਈਆ ਲੱਗਾ। ਇੱਕ ਕੁਇੰਟਲ ਤੋਂ ਉੱਪਰ ਬੰਪਰ ਆ ਇਹ ਜੀ, 85,000 ਰੁਪਏ ਦਾ ਬੰਪਰ ਆ ਇਹਦੀ। ਅਜੇ ਇੱਕ ਪੋਲਿਸ਼ ਹੋਈ ਆ, ਇਹਨੂੰ 2 ਪੋਲਿਸ਼ਾਂ ਜੇ ਇਹਦੀਆਂ ਪੈਂਡਿੰਗ ਪਈਆਂ, ਕਹਿੰਦੇ ਜਿੱਦਣ ਇੰਗਲੈਂਡ ਭੇਜਣਾ ਜਾਂ ਕਰਨਾ ਆ ਅਸੀਂ ਉਸ ਤੋਂ ਬਾਅਦ ਕਰਾਂਗੇ ਇਹਨੂੰ ਪੋਲਿਸ਼। 85,000 ਤੇ ਫੋੜ ਦੇ ਮੂਹਰੇ ਜਾਲੀ ਲਾਤੀ ਆ 3,000 ਵਾਲੀ, ਤੇ ਇਹ